ਬੈਰੀਅਰ ਤੇ ਲਗਾਤਾਰ ਪੱਤਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ, ਪਿੱਛੇ ਤੁਸੀਂ ਦੇਖ ਸਕਦੇ ਹੋ। ਪਰ ਇੱਧਰੋਂ ਜਿਹੜੇ ਨੌਜਵਾਨ ਕਿਸਾਨ ਨੇ ਉਹਨਾਂ ਨੇ ਵੀ ਪ੍ਰਬੰਧ ਕੀਤਾ, ਪਾਣੀ ਦੀ ਪਾਈਪ ਪ੍ਰੈਸ਼ਰ ਦੇ ਨਾਲ ਪੱਤਰੂ ਗੈਸ ਦੇ ਗੋਲਿਆਂ ਨੂੰ ਨਿਕਾਰਾ ਕਰਨ ਦੇ ਲਈ। ਔਰ ਇਸ ਤੋਂ ਇਲਾਵਾ ਇੱਧਰ ਦੇਖੋ ਹੋਰ ਤਸਵੀਰ ਦਿਖਾਉਣੀ ਤੁਹਾਨੂੰ, ਤੇ ਵੱਡੇ ਵੱਡੇ ਪੱਖੇ ਲਾਏ ਗਏ ਨੇ, ਵੱਡੇ ਵੱਡੇ ਪੱਖੇ ਲਾਏ ਗਏ ਨੇ। ਇਹਨਾਂ ਪੱਖਿਆਂ ਦੇ ਨਾਲ ਪੱਥਰੂ ਗੈਸ ਦਾ ਪ੍ਰਭਾਵ ਘੱਟ ਕਰਨ ਦੀ ਕੋਸ਼ਿਸ਼ ਦੇਖੋ, ਜਿੱਦਾਂ ਕਹਿੰਦੇ ਕਿ ਦੇਸੀ ਜਗਾੜ ਕਰਨ ਦੀ ਕੋਸ਼ਿਸ਼। ਔਰ ਹਾਲਾਂਕਿ ਕਈ ਲੋਕਾਂ ਨੂੰ ਸੱਟਾਂ ਲੱਗੀਆਂ ਨੇ ਨੌਜਵਾਨਾਂ ਨੂੰ, ਪਰ ਫਿਰ ਵੀ ਲਗਾਤਾਰ ਇਸੇ ਜਿਹੜੀ ਹੈ ਪੱਥਰੂ ਗੈਸ ਦੇ ਗੋਲੇ, ਇੱਕ ਹੋਰ ਇੱਧਰ ਗੋਲਾ ਡਿੱਗਿਆ ਤਾਂ ਗਿੱਲੀਆਂ ਬੋਰੀਆਂ ਉੱਤੇ ਪਾਈਆਂ ਜਾਂਦੀਆਂ ਨੇ। ਇਹ ਤਸਵੀਰ ਅੱਜ ਦੂਜੇ ਦਿਨ ਲਗਾਤਾਰ ਪੱਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ। ਹਾਲਾਂਕਿ ਨੌਜਵਾਨ ਪਿੱਛੇ ਹਟਣ ਦੇ ਲਈ ਤਿਆਰ ਨਹੀਂ, ਔਰ ਹਾਲਾਂਕਿ ਅੱਜ ਥੋੜ੍ਹਾ ਪਹਿਲਾਂ ਦੇ ਨਾਲ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ। ਦੇਖੋ ਕਿ ਕਿਵੇਂ ਤੁਸੀਂ ਜਦੋਂ ਹੀ ਗੋਲਾ ਡਿੱਗਦਾ ਤਾਂ ਤੁਰੰਤ ਉਸਨੂੰ ਨਕਾਰਾ ਕੀਤਾ ਜਾਂਦਾ, ਪਾਣੀ ਔਰ ਬੋਰੀਆਂ ਦੇ ਨਾਲ ਔਰ ਵੱਡੇ ਪੱਖੇ ਚਲਾ ਕੇ ਹਵਾ ਨੂੰ ਪਿੱਛੇ ਮੋੜਿਆ ਜਾਂਦਾ, ਹਵਾ ਦੇ ਰੁੱਖ ਪਿੱਛੇ ਕੀਤਾ ਜਾਂਦਾ। ਨਿਹੰਗ ਸਿੰਘ ਦੇਖੋ ਮੋਟਰਸਾਈਕਲ ਤੇ ਸਵਾਰ ਹੋ ਕੇ ਲਗਾਤਾਰ ਅੱਗੇ ਘੁੰਮ ਰਿਹਾ ਨਜ਼ਰ ਆ ਰਿਹਾ। ਹਾਲਾਂਕਿ ਟਕਰਾਅ ਦੀ ਸਥਿਤੀ ਮਾੜੀ ਹੈ, ਪਰ ਬੁਲੰਦ ਹੌਸਲੇ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਦੋਨਾਂ ਧਿਰਾਂ ਦੇ ਵਿੱਚ ਜਿਸ ਤਰ੍ਹਾਂ ਲਗਾਤਾਰ ਜ਼ੋਰ ਜਮਾਇਸ਼ ਚੱਲ ਰਹੀ ਹੈ, ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਅੱਜ ਦੂਜੇ ਦਿਨ। ਪਰ ਇਸ ਵੇਲੇ ਕਰੀਬ 3 ਵਜੇ ਦਾ ਸਮਾਂ ਹੋਇਆ, ਹਾਲਾਂਕਿ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਗੱਲਬਾਤ ਦਾ ਦੌਰ ਫਿਰ ਤੋਂ ਚੱਲਣ ਲੱਗਾ, ਔਰ ਨੌਜਵਾਨਾਂ ਨੂੰ ਆਗੂਆਂ ਨੇ ਅਪੀਲ ਕੀਤੀ ਹੈ, ਪਰ ਨੌਜਵਾਨ ਡਟੇ ਹੋਏ ਪਿੱਛੇ ਹਟਣ ਨੂੰ ਤਿਆਰ ਨਹੀਂ। ਔਰ ਇੱਧਰ ਪੱਥਰੂ ਗੈਸ ਦੇ ਗੋਲੇ ਜਿੱਦਾਂ ਹੀ ਗੋਲਾ ਡਿੱਗਦਾ ਤਾਂ ਤੁਰੰਤ ਪਾਣੀ ਔਰ ਗਿੱਲੀਆਂ ਬੋਰੀਆਂ ਦੇ ਨਾਲ ਉਸਦਾ ਪ੍ਰਭਾਵ ਖਤਮ ਕਰਨ ਦੀ ਕੋਸ਼ਿਸ਼ ਔਰ ਕੀਤਾ ਵੀ ਜਾ ਰਿਹਾ ਹੈ। ਦੇਖੋ ਸ਼ਾਇਦ ਮੇਰੇ ਸ਼ਬਦ ਅਜੀਬ ਲੱਗ ਸਕਦੇ ਨੇ, ਪਰ ਇੱਕ ਜੰਗ ਵਰਗਾ ਮਾਹੌਲ ਕਿ ਕਿਵੇਂ ਉੱਧਰੋਂ ਅਟੈਕ ਹੁੰਦਾ ਅਤੇ ਇੱਧਰੋਂ ਉੱਧਰੋਂ ਨਕਾਰਾ ਕੀਤਾ ਜਾਂਦਾ। ਇਹ ਤਸਵੀਰਾਂ ਧਮਾਕਿਆਂ ਦੀਆਂ ਆਵਾਜ਼ਾਂ ਔਰ ਇਹ ਸਾਹਮਣੇ ਦੇਖੋ ਤੁਸੀਂ ਕਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਧਮਾਕਾ, ਔਰ ਇਹ ਨਿਹੰਗ ਸਿੰਘ ਜਿਸ ਤਰ੍ਹਾਂ, ਹਾਲਾਂਕਿ ਜਿਹੜੇ ਕਿਸਾਨ ਆਗੂ ਨੇ ਉਹ ਅਪੀਲ ਵੀ ਕਰ ਰਹੇ ਨੇ ਕਿ ਆਪਣਾ ਬਚਾਅ ਕਰੋ, ਪਿੱਛੇ ਨੌਜਵਾਨਾਂ ਨੂੰ ਰਹਿਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਪਰ ਇਹ ਤਸਵੀਰ ਤੇ ਕਿਵੇਂ ਦੇਖੋ ਉੱਧਰੋਂ ਗੋਲਾ ਸਿੱਟਿਆ ਜਾਂਦਾ ਔਰ ਇੱਧਰ ਗਿੱਲੇ ਪਾਣੀ ਦੀਆਂ ਬੋਰੀਆਂ ਉੱਪਰ ਪਾਈਆਂ ਜਾਂਦੀਆਂ ਨੇ, ਪਾਣੀ ਦੀ ਪਾਈਪ ਦੇ ਨਾਲ ਇਸ ਨੂੰ ਨਕਾਰਾ ਕੀਤਾ ਜਾਂਦਾ, ਔਰ ਵੱਡੇ ਵੱਡੇ ਪੱਖਿਆਂ ਦੇ ਨਾਲ ਗੈਸ ਆ ਜਿਹੜੀ ਉਸ ਨੂੰ ਦੂਜੇ ਪਾਸੇ ਧੱਕਿਆ ਜਾਂਦਾ ਵਾਪਸ, ਤਾਂ ਕਿ ਇੱਧਰ ਪਾਣੀ ਦੇ ਨਾਲ ਔਰ ਇੱਧਰ ਇਹਨਾਂ ਹਵਾ ਦੇ ਨਾਲ ਜਿਹੜਾ ਇੱਧਰ ਪ੍ਰਭਾਵ ਘਟੇ ਪੱਥਰੂ ਗੈਸ ਦਾ। ਤਾਂ ਇਹ ਤਸਵੀਰਾਂ ਅੱਜ ਦੂਜੇ ਦਿਨ ਦੁਪਹਿਰ 3 ਵਜੇ ਦੀਆਂ ਇਹ ਤਸਵੀਰਾਂ ਨੇ, ਔਰ ਇੱਕ ਤੋਂ ਬਾਅਦ ਇੱਕ ਧਮਾਕਾ, ਔਰ ਇੱਧਰ ਪਿੱਛੇ ਦੀ ਤਸਵੀਰ ਤੁਹਾਨੂੰ ਦਿਖਾਉਣੀ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਇੱਥੇ ਨੌਜਵਾਨ ਇਕੱਠੇ